ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਨੇ ਉਹਨਾਂ ਨੇ ਐਲਾਨੇ ਗਏ ਆਰਥਿਕ ਪੈਕੇਜ ਦਾ ਸਵਾਗਤ ਕੀਤਾ ਅਤੇ ਆਪਣੇ ਭਵਿੱਖ ਨੂੰ ਲੈ ਕੇ ਹੁਣ ਉਹਨਾਂ ਨੂੰ ਕੁਝ ਤਸੱਲੀ ਮਿਲੀ ਹੈ। ਇੱਕ ਪ੍ਰਵਾਸੀ ਮਜ਼ਦੂਰ ਅਮਿਤ ਨੇ ਕੇਂਦਰ ਸਰਕਾਰ ਵੱਲੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਸਕੀਮ ਲਿਆਉਣ ਦੇ ਐਲਾਨ ਨੂੰ ਬਹੁਤ ਵਧੀਆ ਕਦਮ ਦੱਸਿਆ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ 2 ਮਹੀਨਿਆਂ ਤੱਕ ਮੁਫਤ ਰਾਸ਼ਨ ਮਿਲਣ ਦੇ ਐਲਾਨ ਤੇ ਖੁਸ਼ੀ ਜ਼ਾਹਰ ਕੀਤੀ। ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਦੇਸ਼ ਦਾ ਇੱਕੋ ਹੀ ਰਾਸ਼ਨ ਕਾਰਡ ਬਣਾਉਣ ਦੀ ਗੱਲ ਕਹੀ ਹੈ ਜਿਸ ਕਾਰਨ ਸਾਨੂੰ ਕਿ ਇਹਨਾਂ ਦੇ ਰਾਸ਼ਨ ਮਿਲ ਸਕੇਗਾ ਤੇ ਸਾਨੂੰ ਵੱਖ-ਵੱਖ ਰਾਸ਼ਨ ਕਾਰਡ ਨਹੀਂ ਬਣਾਣ ਦੇ ਲੋੜ ਪੈਊਗੀ ਠੀਕ ਹੈ ਤੇ ਉਹ ਤੱਕ ਜਦੋਂ ਤੱਕ ਸਾਡੇ ਰਾਸ਼ਨ ਕਾਰਡ ਨਹੀਂ ਬਣਦੇ ਹੋਰ ਪ੍ਰਵਾਸੀ ਮਜ਼ਦੂਰਾਂ ਆਕਾਸ਼ ਰਮੇਸ਼ ਅਤੇ ਹਰੀ RAM ਨੇ ਕਿਹਾ ਕਿ ਪੰਜਾਬ ਚੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਿਜਰਤ ਕਰਕੇ ਜਾਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਨੂੰ ਇੱਥੇ ਰਾਸ਼ਨ ਦਾ ਨਾ ਮਿਲਣਾ ਸੀ ਪਰ ਹੁਣ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਆਉਣ ਤੇ ਇਸ ਚਾਂਝੜ ਖਤਮ ਹੋ ਜਾਵੇਗਾ ਤੇ ਉਹਨਾਂ ਨੂੰ ਇਸ ਤਰ੍ਹਾਂ ਆਪਣੇ ਘਰਾਂ ਲਈ ਨਹੀਂ ਭੱਜਣਾ ਪਵੇਗਾ ਉਹਨਾਂ ਦਾ ਰਾਸ਼ਨ ਕਾਰਡ ਇੰਹਾ ਕਾਇ इसलिए रह रही ये जो राशन कार्ड था वो समस्या राशन कार्ड की ख़त्म कर दी गई है ये, ये मतलब राशन कार्ड वहाँ का हो या यहाँ का राशन कार्ड उसी से हर एक जगह मिलेगा इसलिए अब वो समस्या नहीं आएगी और मैं भारत सरकार का धन्यवाद करता हूँ मोदी साहब का हमारे जो यूपी के राशन कार्ड हैं वहाँ उस राशन कार्ड से कहीं भी राशन ले सकते हैं कहीं भी राशन करके तो यहाँ पे राशन यूपी तो मिल जाए ਉਹ ਪਿਆਜ਼ ਹੀ ਮਿਲਦੇ ਸੀ ਤਾਂ ਘਰੇ ਸਾਰੇ ਉਹਨੇ ਕਿ ਮੋਦੀ ਨੇ ਧੰਨਵਾਦ ਕੀਤਾ ਸੀ ਕਿ ਹਰ ਜਗ੍ਹਾ ਜਾਂ ਵੀ ਰਹੋ ਰਾਸ਼ਨ ਮਿਲੂਗਾ ਇਹ ਮੋਦੀ ਸਰਕਾਰ ਨੇ ਹੁਣ ਰਾਸ਼ਨ ਕਾਰਡ ਇੱਕੋ ਹੀ ਬਣਾਤਾ ਤਿੰਨ ਮਹੀਨੇ ਰਾਸ਼ਨ ਮਿਲੂਗਾ ਜੇ ਰਾਸ਼ਨ ਕਾਰਡ ਨਹੀਂ ਬੰਦਰ ਟਰੋਡਾ ਤਾਂ ਤਿੰਨ ਮਹੀਨੇ ਤੱਕ ਰਾਸ਼ਨ ਮੁਫਤ ਦਿੱਤਾ ਜਾਊਗਾ